बठिंडा के गांव राय के खुर्द में हरदीप सिंह नामक व्यक्ति द्वारा अपनी पत्नी को जान से मारने और परिवार वालों को जख्मी करने का मामला सामने आया है। दरअसल हरदीप सिंह का अपनी पत्नी के साथ झगड़ा चल रहा था, जिसके चलते वह बार बार अपनी पत्नी को जान से मारने की धमकियां भी देता था और उसने अपने दोस्तों का सहारा लेकर अपने घर में दाखिल होकर पूरे घर में अंधेरा करके अपने परिवार वालों पर तेजधार हथियारों से हमला कर दिया और अपनी पत्नी राजवीर कौर को मौत के घाट उतार दिया। आज शाम सुबह इतला मिली थी पिंड राय के खुर्द भी परिवार घरेलू झगड़ा होने कारण उन्होंने लड़के ने अपनी सट्टा मारिया ते गंभीर हालत कारण लगने कारण सरकारी अस्पताल दाखिल कराया गया। असी उनकी पड़ताल लिए मौके पर डेरी आई खुर्द जिसके घर कोई मौजूद नहीं सी आस पास तो पता करना जिन्होंने कहा कि सारे परिवार को सट्टा लगने करके सरकारी अस्पताल बठिंडा दाखिल कराया गया। सब तो कारण लिए अभी सरकारी अस्पताल बठिंडा पहुंचे ਤੇ ਇੱਥੇ ਪਤਾ ਲੱਗਿਆ ਵੀ ਚਰਨਜੀਤ ਕੌਰ ਵਾਈਫ ਆਫ ਜਸਕਰਨ ਸਿੰਘ ਦਾਖਲ ਹੋਈ ਹੈ ਤੇ ਉੱਥੇ ਆਪਣੇ ਰਾਜਵੀਰ ਕੌਰ ਜੋ ਚਰਨਜੀਤ ਕੌਰ ਦੀ ਨੂੰਹ ਸੀ ਉਹਦੀ ਮੌਤ ਹੋ ਚੁੱਕੀ ਹੈ। ਇਹ ਦੋਸ਼ੀ ਭਰਾ ਰਹੀ ਤੇ ਜਿਹੜਾ ਜਸਕਰਨ ਸਿੰਘ ਹੈ ਤੇ ਉਸਦਾ ਲੜਕਾ ਅਰਸ਼ਦੀਪ ਸਿੰਘ ਇੱਥੋਂ ਇਲਾਜ ਲਈ ਰੈਫਰ ਕਰ ਦਿੱਤੇ ਗਏ ਸੀ ਤੇ ਅਸੀਂ ਇੱਥੇ ਉਹਨਾਂ ਦੇ ਖਿਲਾਫ ਆਪਣੇ ਜਸਕਰਨ ਸਿੰਘ ਦੇ ਬਿਆਨ 'ਤੇ ਜਿਹੜੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਰਹੇ ਹਾਂ ਤੇ ਉਸਨੇ ਖੂਨ ਨਿਕਾਲ ਦਿੱਤਾ ਹੈ। ਅੱਜ ਕੋਈ ਰਾਤੀ 2:30 ਵਜੇ ਡਾਕਟਰ ਹਰਮੀਤ ਦੀ ਡਿਊਟੀ ਦੇ ਪੇਸ਼ੈਂਟ ਲੈ ਕੇ ਆਏ ਸੀਗੇ 4, ਉਹਨਾਂ 'ਚੋਂ ਇੱਕ ਪੇਸ਼ੈਂਟ ਦੀ ਤਾਂ ਡੈਥ ਹੋ ਗਈ ਹੈ, 2 ਪੇਸ਼ੈਂਟ ਰੈਫਰ ਕਰਤੇ ਬਾਹਰ, ਇੱਕ ਪੇਸ਼ੈਂਟ ਸਾਡੇ ਕੋਲ ਇੱਥੇ ਜ਼ੇਰੇ ਇਲਾਜ ਚੱਲ ਰਿਹਾ ਹੈ। ਇਹ ਰਾਇ ਖੁਰਦ ਦਾ ਹੈ, ਇਹ ਕੁਛ ਨਹੀਂ ਕਹਿ ਸਕਦੇ, ਡਾਕਟਰ ਹਰਮੀਤ ਹੀ ਦੱਸ ਸਕਦੇ ਕਿਉਂਕਿ ਉਹਨਾਂ ਕੋਲ ਡਿਟੇਲ ਸੀਗੀ ਸਰ। ਗੱਲ ਕੋਈ ਨਹੀਂ ਜੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਹੋਇਆਗਾ। ਰਾਤ ਨੂੰ 11 ਵਜੇ ਆ ਕੇ ਸਾਨੂੰ ਕਿਰਪਾਨਾਂ ਨਾਲ 10-12 ਬੰਦੇ ਸੀਗੇ ਨਾਲ, ਅਤੇ ਵੱਢ ਗਿਆ ਮੁੰਡਾ ਸੀ ਵੱਡਾ ਮੇਰਾ ਬੇਟਾ, ਅਤੇ ਘਰਵਾਲੀ ਨੂੰ ਥਾਂ 'ਤੇ ਤਾਂ ਅੰਨ ਕੇ ਚੱਕ ਰਹਿ ਕੇ ਖੁਰਤ, ਅਤੇ ਅੱਜ ਘਰਾਂ ਦੀ ਥਾਂ 'ਤੇ ਮਾਰਤਾ ਕਿਰਪਾਨਾ ਮਾਰ ਕੇ ਸਾਡਾ ਤਿੰਨਾਂ ਦਾ ਚੰਡ ਕਰ ਗਏ। ਮੁੰਡਾ ਬੋਲਦਾ ਨਹੀਂ ਮੇਰਾ ਛੋਟਾ, ਅਸੀਂ ਦੋਵੇਂ ਜੀ ਥੋੜ੍ਹੇ ਜਿਹੇ ਬੋਲਦੇ ਬਸ, ਵੀ ਜ਼ਖਮੀ ਸਾਰੇ ਹਾਂ ਜੀ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ ਜੀ। ਅੱਜ ਘਰ ਨੂੰ ਬਸ ਮਾੜਾ ਮੋਟਾ ਬੋਲਦਾ ਰਹਿੰਦਾ ਸੀ, ਕਹਿੰਦਾ ਸੀ ਇਹਨਾਂ ਨੂੰ ਮਾਰੂੰਗਾ ਵੱਢੂੰਗਾ, ਤੈਨੂੰ ਫਿਰ ਵੱਢੂੰਗਾ ਬਾਅਦ 'ਚ, ਪਹਿਲਾਂ ਇਹਨਾਂ ਨੂੰ ਤਿੰਨਾਂ ਨੂੰ ਮਾਰ ਦੂੰਗਾ, ਤੂੰ ਆਪਦੇ ਪਿੰਡ ਚਲੀ ਗਿਆ। ਉਹ ਕਹਿੰਦੇ ਪਿੰਡ ਨਹੀਂ ਮੈਂ ਜਾਣਾ, ਪਿੰਡ ਤੂੰ ਜਾਵੇਂਗੀ ਮੈਂ ਤਿੰਨਾਂ ਨੂੰ ਤੁਹਾਨੂੰ ਵੀ ਵੱਢੂੰਗਾ, ਤੇਰੇ ਪਿਓ ਨੂੰ, ਤੇਰੇ ਭਰਾ ਨੂੰ, ਅਤੇ ਤਾਈਆਂ ਵੀ, ਤਿੰਨਾਂ ਨੂੰ ਉੱਥੇ ਵੱਢ, ਤਿੰਨਾਂ ਨੂੰ ਇਹਨਾਂ ਨੂੰ ਇੱਥੇ ਵੱਢੂੰਗਾ। ਉਹ ਕਹਿੰਦੇ ਵੱਢਣਾ ਤੂੰ ਮੈਨੂੰ ਇੱਥੇ ਵੱਢਦੀ ਪਰ ਨਾਲੇ ਇਹਨਾਂ ਦੇ ਇੱਥੇ ਨਾਰਾ ਕੱਲ੍ਹ ਹੱਥ ਨੇ, ਅਤੇ ਮਾਂ ਪਿਤਾ ਆਏ ਸੀਗੇ, ਉਹ ਸ਼ਾਮ ਨੂੰ ਗੱਲਾਂ ਕਰਕੇ ਚਲੇ ਗਏ। ਉਹਨਾਂ ਨੇ ਫੋਨ ਲਾਇਆ, ਕਹਿੰਦਾ ਆ ਗਏ ਤੁਸੀਂ ਇੱਥੇ, ਕਹਿੰਦੇ ਹਾਂ ਆ ਗਏ, ਕਹਿੰਦੇ ਕਹਿੰਦੇ ਤੂੰ ਆ ਜਾ ਅਸੀਂ ਘਰ ਬੈਠੇਗੇ, ਕਹਿੰਦਾ ਇੱਥੇ ਨਹੀਂ ਆਉਂਦਾ ਗਾ। ਬਸ ਉਹ ਸ਼ਾਮ ਨੂੰ ਡੀਕ ਡੂਕ ਕੇ ਅਤੇ ਘਰ ਚਲੇ ਗਏ ਆਪਦੇ। 11 ਵਜੇ ਸਾਡੇ ਨਾਲ ਚਾਂਸ ਹੋਇਆ, 1 ਵਜੇ ਉਹਨਾਂ ਨੂੰ ਫੋਨ ਕਰਤਾ, ਉਹ ਸਾਡੇ ਕੋਲ ਆ ਗਏ। ਮੁੰਡਾ ਸੀ ਵੱਡਾ ਜੀ, ਉਹਦੇ ਨਾਲ ਬੰਦੇ ਸੀਗੇ, ਮੁੰਡਾ ਦਾ ਨਾਂ ਹਰਦੀਪ ਸਿੰਘ ਹੈ ਜੀ, ਉਹ ਹੈਗੇ 10-12-13 ਜਣੇ ਜੀ। ਉਹ ਮੁੰਡਿਆਂ ਦੇ ਕੋਈ ਸਿਆਣੇ ਕਿ ਵੀ ਲੈਟ ਬੁਝੇ ਹੋਏ ਸੀਗੇ, ਵੀ ਐਂ ਨਹੀਂ ਪਤਾ ਵੀ ਕਿੰਨੇ ਕੌਣ ਕੌਣ ਸੀਗੇ, ਉਹਨਾਂ ਦੀ ਕੋਈ ਸਿਆਣ ਕੁਛ ਨਹੀਂ ਕਰਦਾ ਜੀ, ਵਿਹਲਾ ਰਹਿੰਦਾ ਘਰੇ ਬੈਠਾ ਰਹਿੰਦਾ 2 ਸਾਲ। देश विदेश टीवी के लिए बठिंडा से यशपाल और धर्मेंद्र कुमार विक्की की विशेष रिपोर्ट। नवियां अते ताजियां खबरां देखने लई साडे यूट्यूब चैनल देश विदेश टीवी नू लाइक शेयर सब्सक्राइब किया जावे।